ਪਟਿਆਲਾ ਪੁਲਿਸ ਨੇ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ 23 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ SSP ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰ ਵਿਅਕਤੀਆਂ ਕੋਲੋਂ 693 ਮੋਬਾਈਲ ਸਿਮ ਅਤੇ 19 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਰਾਹੀਂ ਇਹ ਠੱਗੀ ਨੂੰ ਅੰਜਾਮ ਦਿੰਦੇ ਸਨ। ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ, ਡਕੈਤੀ ਹੋਈ ਅਤੇ ਜਾਂ ਗੈਂਗਸਟਰ ਨਾਲ ਇਨਕਾਊਂਟਰ ਹੋਇਆ ਅਤੇ ਦੂਜੀ ਸਟੇਟ ਤੋਂ ਜਾ ਕੇ ਆਫਟਰ ਇਨਕਾਊਂਟਰ ਜਿਹੜੇ ਗੈਂਗਸਟਰ ਨੂੰ ਅਰੈਸਟ ਕਰਨਾ, ਕੁਛ ਘੰਟਿਆਂ ਦੇ ਵਿੱਚ 12 ਤੋਂ ਲੈ ਕੇ 24 ਘੰਟਿਆਂ ਦੇ ਵਿੱਚ ਕੇਸ ਰੇਜ਼ ਕੀਤੇ ਆ। ਉਸੇ ਕੜੀ ਦੇ ਵਿੱਚ ਸਾਡੇ ਕੋਲ ਇੱਕ ਇਨਫੋਰਮੇਸ਼ਨ 29 ਤਰੀਕ ਨੂੰ ਆਈ ਸੀ ਕਿ ਜਿਹੜੇ ਮੈਂਬਰ ਪਾਰਲੀਮੈਂਟ ਪਟਿਆਲਾ ਮੈਡਮ ਪ੍ਰਨੀਤ ਕੌਰ ਆ, ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੱਕ ਜਿਹੜੇ 23 ਲੱਖ ਰੁਪਏ ਦੀ ਹੈ ਜਿਹੜੀ ਉਹ ਜਿਹੜੀ ਠੱਗੀ ਹੋ ਗਈ ਹੈ, ਉਹਦੇ ਵਿੱਚ ਅਸੀਂ ਮੁਕੱਦਮਾ ਸਿਵਲ ਲਾਈਨ ਦਰਜ ਕਰਕੇ ਇੱਕ ਤਫਤੀਸ਼ ਕੀਤੀ। ਤਫਤੀਸ਼ ਕਰਕੇ ਸਭ ਤੋਂ ਪਹਿਲਾਂ ਉਹ ਆਇਆ ਵੀ ਇਹਦੇ 'ਚੋਂ SBI ਬੈਂਕ ਨਾਲ ਤਾਲਮੇਲ ਕੀਤਾ। SBI ਬੈਂਕ ਨਾਲ ਤਾਲਮੇਲ ਕਰਨ ਤੋਂ ਬਾਅਦ ਫਿਰ ਅਸੀਂ ਉਹਦੇ 'ਚ ਪਤਾ ਲੱਗਿਆ ਸਪਾਈਸ ਇੰਡੀਆ ਗੜਗਾਓਂ ਆ, ਉਹਦੇ ਤੋਂ ਅੱਗੇ ਪਤਾ ਲੱਗਿਆ ਉਹ ਪੈਸੇ ਉਹਦੇ 'ਚ ਟ੍ਰਾਂਸਫਰ ਹੋਇਆ। ਉਹ 23 ਅਕਾਊਂਟ ਉਹ ਸੀ। ਉਸ ਤੋਂ ਬਾਅਦ 28 ਅਕਾਊਂਟ ਆ ਜਿਹੜੇ PTM ਜਿਹੜੇ ਉਹਦੇ 'ਚ ਪੈਸੇ ਟ੍ਰਾਂਸਫਰ ਹੋਏ ਸੀ। ਉਹ ਸਾਰਿਆਂ ਦਾ ਟ੍ਰਾਇਲ ਕਰਦਿਆਂ ਅਸੀਂ 3 ਮੁਲਜ਼ਮ ਹੈ, ਜਿਹੜਾ ਇੱਕ ਅਤੌਲ ਅੰਸਾਰੀ ਹੈ ਜਿਹੜਾ ਉਹਦੇ ਤੋਂ ਝਾਰਖੰਡ ਤੋਂ, ਜਿਹੜਾ 2 ਤਰੀਕ ਨੂੰ ਝਾਰਖੰਡ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ, ਉਹਨਾਂ ਨੇ 3 ਤਰੀਕ ਨੂੰ ਅਰੈਸਟ ਕਰ ਲਿਆ, ਉਹਨੂੰ ਅੱਜ ਲਿਆਂਦਾ, ਅਤੇ 2 ਨੂਰ ਅਲੀ ਅਤੇ ਅਫਸਰ ਅਲੀ ਹੈ ਜਿਹੜੇ ਗੋਬਿੰਦਗੜ੍ਹ ਤੋਂ, ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ। ਇਹਨਾਂ ਕੋਲੋਂ 693 ਜਿਹੜੇ ਮੋਬਾਈਲ ਸਿਮ ਹੈ ਜਿਹੜੇ ਉਹ ਮਿਲੇ ਹੈ, ਇਸ ਤੋਂ ਇਲਾਵਾ 19 ਜਿਹੜੇ ਮੋਬਾਈਲ ਫੋਨ ਮਿਲੇ ਹੈ। ਮੋਡਸ ਓਪਰੈਂਡੀ ਇਹਨਾਂ ਦੀ ਇਹ ਸੀਗੀ ਵੀ ਇਹ ਆਮ ਕਸਟਮਰ ਨੂੰ ਕਾਲ ਕਰਦੇ ਆ, ਕਾਲ ਕਰਕੇ ਪੁੱਛਦੇ ਆ ਵੀ ਤੁਹਾਡੇ ਕੋਲ ਜਿਹੜਾ ਕੋਈ ਤੁਹਾਡਾ ਕਾਰਡ ਅਪਗ੍ਰੇਡ ਕਰਨਾ, ਅਕਾਊਂਟ ਅਪਗ੍ਰੇਡ ਕਰਨਾ, ਉਸ ਢੰਗ ਨਾਲ ਜਾਂ ਇਹਨਾਂ ਨੇ ਜਦੋਂ ਅਸੀਂ ਜਾਂ ਕੋਈ ਬੰਦਾ ਬੈਂਕ ਨਾਲ ਰਿਲੇਟਡ ਜਾਣਕਾਰੀ ਲੈਣ ਲਈ ਗੂਗਲ 'ਤੇ ਜਾ ਕੇ ਸਰਚ ਕਰਦਾ ਤਾਂ ਉਹਦੇ ਵਿੱਚ ਇਹਨਾਂ ਨੇ ਇਸ ਢੰਗ ਦੇ ਆਪਦੇ ਨੰਬਰ ਪਾਏ ਹੋਏ ਆ, ਮੋਸਟ ਸਰਚ ਨੰਬਰ ਆਉਂਦੇ ਆ ਉਹਦੇ ਵਿੱਚ ਇਹਨਾਂ ਦੇ ਨੰਬਰ ਆ ਜਾਂਦੇ ਆ। ਜਦੋਂ ਇਹਨਾਂ ਨੂੰ ਕਾਲ ਕਰਦਾ ਤਾਂ ਉਹ ਸ਼ੋਰ ਸ਼ਾਟ ਹੁੰਦਾ, ਇਹ ਕਹਿੰਦੇ ਜੀ ਹਾਂਜੀ ਤੁਹਾਡੀ ਪ੍ਰੋਬਲਮ ਅਸੀਂ ਸੋਲਵ ਕਰਦੇ ਹਾਂ, ਅਤੇ ਉਹਦੇ ਨਾਲ ਹੀ ਤੁਸੀਂ ਮਾਰਦੇ। ਅਸੀਂ ਜਿਹੜੇ ਇੱਕ ਸਪਾਈਸ ਇੰਡੀਆ ਦਾ ਸੀਨੀਅਰ ਜਿਹੜਾ ਮੈਨੇਜਰ ਉੱਥੋਂ ਗੁੜਗਾਓ ਤੋਂ ਕਾਲ ਕੀਤਾ ਸੀਗਾ, ਉਹਦੇ ਤੋਂ ਅਕਾਊਂਟ ਡਿਟੇਲ ਲਈਆਂ ਵੀ ਹੈ। ਇਹ ਅਕਾਊਂਟ ਡਿਟੇਲ ਲੈ ਕੇ ਫਿਰ ਅੱਗੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕਰ ਰਹੇ ਹਾਂ। ਇਹਦੇ ਵਿੱਚ ਬੇਸਿਕਲੀ ਇਹ ਹੈ, ਲਾਸਟ ਦੇ ਵਿੱਚ ਜਦੋਂ PTM ਦੇ ਵਿੱਚ ਪੈਸੇ ਚਲੇ ਜਾਂਦੇ ਆ, ਫਿਰ ਅੱਗੇ ਇਹਨਾਂ ਨੇ ਛੋਟੇ ਛੋਟੇ ਉਹ ਜਿਵੇਂ ਖੋਖੇ ਖੋਲ੍ਹੇ ਹੋਏ ਆ, ਖੋਖਿਆਂ ਦੇ ਵਿੱਚ ਕਿਸੇ ਨੇ ਬਿਜਲੀ ਦਾ ਬਿੱਲ ਭਰਾਉਣਾ, ਹੋਰ ਬਿੱਲ ਭਰਾਉਣਾ, ਉਹ ਪੈਸੇ ਆ ਜਿਹੜੇ ਉਹਦੇ ਵਿੱਚੋਂ ਇਹ ਉਹਦੇ ਤੋਂ ਕੈਸ਼ ਪੈਸੇ ਲੈ ਕੇ ਔਨਲਾਈਨ ਪੈਸੇ ਹੀ ਅੱਗੇ ਟ੍ਰਾਂਸਫਰ ਕਰਦੇ ਆ। ਨਹੀਂ ਇਹਨੂੰ ਬਿਲਕੁਲ ਤੁਹਾਡਾ ਵੈਲਿਡ ਕੁਐਸਚਨ ਹੈ ਵੀ ਜਿਹੜਾ ਮੈਨੂੰ ਲੱਗਦਾ ਇਹ ਹੈ ਜਿਸ ਢੰਗ ਦੀ ਪਲਾਸਟਿਕ ਮਨੀ ਨੂੰ ਟ੍ਰਾਂਸਫਰ ਕਰਨ ਲਈ ਜਾਂ ਜਿਹੜੇ ਮੈਂਬਰ ਪਾਰਲੀਮੈਂਟੇਰੀਅਨ ਹੈ SBI ਬੈਂਕ ਦੇ ਵਿੱਚ ਉਹ ਜਿਹੜੇ ਪੈਸੇ ਖਾਤਾ ਖੋਲ੍ਹਦਾ, ਇਹਦੇ ਵਿੱਚ ਜਿਹੜੀ ਸਟ੍ਰੇਂਜ ਗੱਲ ਹੈ, ਜਿੰਨੀਆਂ ਵੀ ਸਾਡੇ ਕੋਲ ਕੰਪਲੇਂਟਸ ਆਉਂਦੀਆਂ 10 ਦੇ ਵਿੱਚੋਂ 9 ਹੈ ਜਿਹੜੀਆਂ ਉਹ SBI ਨਾਲ ਰਿਲੇਟਡ ਜਿਹੜੀਆਂ ਸਟੇਟ ਬੈਂਕ ਆਫ ਇੰਡੀਆ ਨਾਲ ਆਉਂਦੀਆਂ। ਮੈਨੂੰ ਲੱਗਦਾ ਫਾਇਰ ਵਾਲਸ ਅਤੇ ਜਾਂ ਸਿਕਿਉਰਿਟੀ ਸਿਸਟਮ ਉਹਨਾਂ ਦਾ ਅਪਗ੍ਰੇਡ ਕਰਨ ਵਾਲਾ ਹੈ ਵੀ ਜਿਹਦੇ ਵਿੱਚ ਇਹ ਦਿੱਕਤ ਹੈ। ਪਰ ਇਹਦੇ ਨਾਲ ਨਾਲ ਅਸੀਂ ਪੰਜਾਬ ਪੁਲਿਸ ਦੇ ਜਿਹੜਾ ਇਹ ਸਾਡਾ ਸਾਈਬਰ ਫਰੋਡ ਦਾ ਇਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਪਿਛਲੇ 4-5 ਮਹੀਨਿਆਂ 'ਚ 4th ਕੇਸ ਹੈ ਪਟਿਆਲਾ ਪੁਲਿਸ ਦਾ ਜਿਹੜਾ ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ।